ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੇ ਮੈਂ ਟੀਵੀ 80 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਹਣਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 3 ਨਵੰਬਰ 2015 15 ਮੱਗਰ ਨਾਨਕਸ਼ਹੀ ਸਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸੋ ਤੁਹਾਡਾ ਵੀਕ ਤੇ ਵੀਕਐਂ ਦਖੋ ਵੀਕ ਤੇ ਵੀਕਐਂਡ ਤੇ ਕਿ ਸਟਾਫ ਦੇ ਹਵਾਲੇ ਸੀ ਤੁਸੀਂ ਸਾਰਿਆਂ ਨੇ ਜਿਹਨੂੰ ਕਹਿੰਦੇ ਨੇ ਕਿ ਵੀ ਜ਼ਮੀਨ ਦੇ ਵਿੱਚ ਗੱਡੀ ਘੜ ਦਿੱਤੀ ਵੀ ਸਾਨੂੰ ਛੁੱਟੀਆਂ ਚਾਹੀਦੀਆਂ ਜੀ ਸੋ ਵੀਰਵਾਰ ਤੋਂ ਜੋਂ ਤੁਸੀਂ ਛੁੱਟੀਆਂ ਤੇ ਗਏ ਹੋ ਅੱਜ ਵਾਪਸ ਮੁੜੇ ਹੋ ਪੁੱਛ ਸਾਨੂੰ ਰਏ ਹੋ ਵੀਕਐਂਡ ਜੀ ਸੋ ਇਸ ਵਾਰ ਤੇ ਅਸੀਂ ਗਿਵਨ ਨਹੀਂ ਕੀਤਾ ਹਾਲਾਂਕਿ ਮੇਰੀ ਚਾਹਨਾ ਨਹੀਂ ਹੁੰਦੀ ਔਰ ਮੈਂ ਮਾਫੀ ਚਾਹੁੰਦਾ ਹਾਂ ਆਪਣੇ ਦਰਸ਼ਕਾਂ ਤੋਂ ਸ਼੍ਰੋਤਿਆਂ ਤੋਂ ਬਹੁਤ ਸਾਰੀਆਂ ਕਾਲਾਂ ਪਿਛਲੇ ਦੋ ਤਿੰਨ ਦਿਨਾਂ ਤੋਂ ਆਈਆਂ ਜੀ ਕਿਉਂਕਿ ਇਹ ਤਾਂ ਬਹੁਤਿਆਂ ਨੂੰ 익ਸਪੈਕਟਡ ਸੀ ਵੀ ਚਲੋ ਥਰਸਡੇ ਇੱਕ ਦਿਨ ਆਫ ਹੋਏਗਾ ਪਰ ਫਰਾਈਡੇ ਆਫ ਹੋਣ ਦੇ ਨਾਲ ਇਹ ਹੋਇਆ ਕਿ ਜਿਹੜੇ ਫਰਾਈਡੇ ਸ਼ੋ ਅਲਰੇਡੀ ਸੰਡੇ ਨਾਈਟ ਚੱਲਦਾ ਹੈ ਮਿਡਨਾਈਟ ਜਾਂ ਮੰਡੇ ਮਾਰਨਿੰਗ ਉਹ ਵੀ ਕੁਝ ਕਿਉਂਕਿ ਪਿਛਲੇ ਵੀਕ ਦੇ ਸਪੈਸ਼ਲ ਪ੍ਰੋਗਰਾਮ ਰਿਕਾਰਡਡ ਸਨ ਜੀ ਜਿਵੇਂ ਜਿਹੜਾ ਸੈਮੀਨਾਰ ਗੁਰਦੁਆਰਾ ਸੰਤ ਸਾਗਰ ਵੱਲੋਂ ਕਰਵਾਇਆ ਗਿਆ ਹੈ ਔਰ ਫੈਰੂਨਾ ਵੱਲੋਂ ਇਹ ਨਗਰ ਕੀਰਤਨ ਵੀ ਬੇਸ਼ੱਕ ਉਹਨਾਂ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ ਪਰ ਬਹੁਤ ਸਾਰਿਆਂ ਨੇ ਕਾਲ ਕਰਕੇ ਪਰਸਨਲ ਵੈਲਬਿੰਗ ਜਾਣਨੀ ਚਾਹੀ ਬਹੁਤਿਆਂ ਨੂੰ ਲੱਗਿਆ ਪਤਾ ਨਹੀਂ ਗੋਭੀ ਦੀ ਟਰਕੀ ਖਾ ਕੇ ਬਿਮਾਰ ਹੋ ਗਏ ਹੁਣ ਥਰਸਡੇ ਨੂੰ ਸੋ ਮੈਂ ਤਾਂ ਇਹ ਸਾਰੇ ਦਿਨ ਆਲਮੋਸਟ ਕੱਲ ਦਾ ਦਿਨ ਛੱਡ ਕੇ ਕਿਉਂਕਿ ਕੱਲ ਦੇ ਦਿਨ ਦਾ ਅਸੀਂ ਹੁਣ ਜ਼ਿਕਰ ਕਰਾਂਗੇ ਮੈਂ ਤਾਂ ਆਪਣੀ ਇਕਾਂਤ ਦੇ ਵਿੱਚ ਗੁਜ਼ਾਰੇ ਔਰ ਬੜੀ ਦੇਰ ਬਾਅਦ ਆਫ ਟੂਈਅਰਸ ਐਂਡ ਯੀਅਰਸ ਇਹ ਮੌਕਾ ਵੀ ਸੀ ਜਿਮ ਤਸੀਂ ਸੈਲਫ ਇਨਟਰੋਸਪੈਕਸ਼ਨ ਕਹਿ ਲਓ ਆਪਰਚੂਲ ਕਹਿ ਲਓ ਭਾਵੇਂ ਦੂਜਿਆਂ ਦੇ ਤਾਂ ਅਸੀਂ ਖੇਦੋ ਖੁੰਡੀਆਂ ਖਲਾਰਦੇ ਆ ਸਾਰੇ ਉਹਨਾਂ ਦੇ ਨੀਰਾਂ ਕੱਢਦੇ ਆ ਸਾਰਿਆਂ ਚੋਂ ਪਰ ਕਈ ਵਾਰ ਇਹ ਜਿਹੜਾ ਆਪਣੇ ਆਪ ਨਾਲ ਗੱਲਾਂ ਕਰਨ ਦਾ ਮੌਕਾ ਹੁੰਦਾ ਹੈ ਜਿੱਦੇ ਚ ਤੁਸੀਂ ਦੇਖਦੇ ਹੋ ਕਿ ਤੁਸੀਂ ਕਿੱਥੇ ਖਲੋਤੇ ਹੋ ਜਾਂ ਤੁਹਾਡੀ ਆਪਣੀ ਅਧਿਆਤਮਿਕ ਆਤਮਿਕ ਜ਼ਿੰਦਗੀ ਔਰ ਇਹਦੇ ਚ ਕੋਈ ਦੋਰਾਵਾ ਨਹੀਂ ਨੇ ਬੇਸ਼ੱਕ ਸਾਡੇ ਲਈ ਜੋ ਕੁਝ ਅਸੀਂ ਪਿਛਲੇ 25 30 ਸਾਲ ਤੋਂ ਕਰ ਰਹੇ ਹਾਂ ਜੀ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜਾ ਸਾਨੂੰ ਇਸ ਚੋਂ ਤਸੱਲੀ ਵੀ ਮਿਲਦੀ ਹੈ ਕਿ ਇਹੀ ਗੁਰੂ ਨੂੰ ਰਜਾਣਾ ਹੈ ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਪਬਲਿਕ ਲਾਈਫ 'ਚ ਹੁੰਦੇ ਹੋ ਜੇ ਸੂਚਨੀ ਚੋਂ ਤੁਸੀਂ ਗੁਜ਼ਰਦੇ ਹੋ ਚੈਲੰਜਸ 'ਚੋਂ ਗੁਜ਼ਰਦੇ ਹੋ ਉਸਤਤ ਨਿੰਦਿਆ ਚੋਂ ਗੁਜ਼ਰਦੇ ਹੋ ਜੀ ਔਰ ਕਈ ਵਾਰ ਜਿਵੇਂ ਟਾਈਮ ਦਾ ਹੁੰਦਾ ਹੈ ਕਿਉਂਕਿ ਸਾਡੇ ਪਿਆਰ ਕਰਨ ਵਾਲੇ ਦੁਨੀਆ ਭਰ 'ਚ ਬੈਠੇ ਨੇ ਜੇ ਕੋਈ ਆਸਟ੍ਰੇਲੀਆ ਤੋਂ ਕਾਲ ਕਰ ਰਿਹਾ ਹੈ ਨਿਊਜ਼ੀਲੈਂਡ ਤੋਂ ਕਰ ਰਿਹਾ ਹੈ ਕੋਈ ਯੂਰਪ ਤੋਂ ਕਰ ਰਿਹਾ ਹੈ ਕਈ ਵਾਰੀ ਉਹਨਾਂ ਚੋਂ ਕਈਆਂ ਨੂੰ ਵਕਤ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕੋਈ ਮਿਡ ਨਾਈਟ ਹੁੰਦਾ ਹੈ ਕੋਈ ਪਾਸਟ ਮਿਡ ਨਾਈਟ ਹੁੰਦਾ ਹੈ ਜੀ ਕੁਆਰਲੀ ਮਾਰਨਿੰਗ ਹੁੰਦਾ ਹੈ ਸੋ ਸਾਡੇ ਲਈ ਦਿਨ ਚੜਿਆ ਤੇ ਡੁੱਬਿਆ ਜਿਹੜਾ ਉਹ ਇੱਕੋ ਬਰਾਬਰ ਹੁੰਦਾ ਹੈ ਜੀ ਸੋ ਉਹਦੇ ਨਾਲ ਇਹ ਜ਼ਰੂਰ ਹੁੰਦਾ ਹੈ ਕਿ ਜਿਹੜਾ ਆਪਣਾ ਅਧਿਆਤਮਿਕ ਜੀਵਨ ਹੈ ਉਹ ਜ਼ਰੂਰ ਸਫਰ ਕਰਦਾ ਹੈ ਔਰ ਕੀਤਾ ਵੀ ਹੈ ਨਾ ਸਾਰੇ ਸਾਲਾਂ ਚ ਜੀ ਔਰ ਕਈ ਵਾਰ ਉਸ ਇਕਾਂਤ ਨੂੰ ਮੈਂ ਮਿਸਵੀ ਕਰਦਾ ਜਿਹੜੀ ਕਈ ਵਾਰ ਕਈ ਕਈ ਦਿਨ ਉਹਨਾਂ ਗੁਰੂ ਦੇ ਨਾਲ ਸੰਬੰਧਤ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਇਤਿਹਾਸਿਕ ਥਾਵਾਂ ਤੇ ਸੀ ਪਰ ਚਲੋ ਇਹ ਤਾਂ ਜਿਵੇਂ ਗੁਰੂ ਦੇ ਹੁਕਮ ਚ ਹੈ ਕਿ ਦੇਸ਼ ਚਾਲ ਹਮਤੇ ਪੁਨਾ ਭਈ ਦਸਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੇ ਸਫਰ ਨੂੰ ਦੇਸ਼ ਚਾਲ ਦੇ ਨਾਲ ਜਿਹੜੀ ਦੇਸ਼ ਚਾਲ ਹੈ ਜਕਨਤ ਖਸਮ ਹੱਥ ਗਿਰ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ ਜੀ ਜੀ ਸੋ ਉਸ ਤੇ ਥੱਲੇ ਕਿੰਨੇ ਸਮੁੰਦਰ ਲੰਘ ਕੇ ਆ ਗਏ ਕਿਸੇ ਸਮੁੰਦਰ ਚਰਾਛ ਨਹੀਂ ਰੁਕੇ ਜੀ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਸਾਰਾ ਚੰਗਾ ਵੀ ਲੱਗਦਾ ਜਦੋਂ ਤੁਹਾਨੂੰ ਕੋਈ ਮਿਸ ਕਰਦਾ ਫਿਰ ਇਹ ਵੀ ਲੱਗਦਾ ਵੀ ਐਵੇਂ ਅਸੀਂ ਜਿਹੜਾ ਵਕਤ ਨਹੀਂ ਜ਼ਾਇਆ ਕਰਦੇ ਜੋ ਕੁਝ ਅਸੀਂ ਕਰਦੇ ਆ ਉਸ ਤੇ ਜਿਹੜੇ ਨੇ ਐਡਮਾਇਰਰ ਵੀ ਨੇ ਔਰ ਕਈ ਇਹ ਵੀ ਮਹਿਸੂਸ ਕਰਦੇ ਸੀ ਕਿ ਸਾਡੀ ਜਿਵੇਂ ਸਾਨੂੰ ਲੱਗਦਾ ਵੀ ਸਾਡਾ ਦਿਨ ਵੀ ਰੁਗ ਗਿਆ ਹੋਏ ਦਿਨ ਮੁਕੰਮਲ ਨਾ ਹੋਏ ਜੀ ਜੀ ਸੋ ਅਸੀਂ ਸਭ ਦਾ ਸ਼ੁਕਰੀਆ ਵੀ ਅਦਾ ਕਰਦੇ ਆ ਕੱਲ ਸ਼ਾਮ ਜ਼ਰੂਰ ਅਸੀਂ ਇੱਕ ਜਿਹੜਾ ਇੱਥੇ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਪ੍ਰੋਟੈਸਟ ਜਿਹੜਾ ਨੇਪਾਲ ਦੇ ਵਿੱਚ ਇਕਨੋਮਿਕਲ ਬ੍ਰੌਕੇਟ ਚੱਲ ਰਿਹਾ ਹੈ ਜੀ ਉਹਦੇ ਨਾਲ ਉਹਦੇ 'ਚ ਸ਼ਮੂਲੀਅਤ ਕੀਤੀ ਸੀ ਔਰ ਉਹਨਾਂ ਦੇ ਜਿਹੜੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਉਹਨਾਂ ਨਾਲ 1 ਟੂ 1 ਇੰਟਰਵਿਊ ਵੀ ਕੀਤਾ ਸੀ 네ਪਾਲੀ origin ਦੇ ਜਰਨਲਿਸਟ ਦੀ ਸੰਸਥਾ ਜਿਹੜੀ ਅਮਰੀਕਨ ਐਸੋਸੀਏਸ਼ਨ ਆਫ 네ਪਾਲੀ ਜਰਨਲਿਸਟ ਉਹਨਾਂ ਵੱਲੋਂ ਕੱਲ ਇੱਕ ਜਿਹੜਾ ਇੱਥੇ ਹੀ ਉਹਨਾਂ ਨੇ ਗੁਲਸ਼ਨ ਕਰਕੇ ਗੁਲਸ਼ਨ ਜਾਂ ਗੁਲਜ਼ਾਰ ਕੁਝ ਇਸ ਕਿਸਮ ਦਾ ਨਾਮ ਹੈ ਗੁਲਸ਼ਨ ਹਾਲ ਦੇ ਵਿੱਚ ਅਰਥਕਵੇਕਟਮਸ ਜਿਹੜੇ ਨੇ 네ਪਾਲ ਦੇ ਵਿੱਚ ਅਪ੍ਰੈਲ ਜਿਹੜਾ ਆਇਆ ਹੈ ਜੀ ਉਹਨਾਂ ਦੀ ਮਦਦ ਦੇ ਲਈ ਜਿਹੜਾ ਇੱਕ ਫੰਡ raising ਡਿਨਰ ਰੱਖਿਆ ਹੋਇਆ ਸੀ ਰੋ ਇਨ ਇਨੇ ਵੇ 네ਪਾਲੀ ਕਲਚਰ ਦਾ ਇੱਕ ਰੰਗਾ ਰੰਗ ਪ੍ਰੋਗਰਾਮ ਸੀ ਔਰ ਸਾਡੇ ਪ੍ਰੋਟੈਸਟ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਸਾਡੇ ਨਾਲ ਰਸਤਾ ਵੀ ਰੱਖਿਆ ਹੈ ਉਹਨਾਂ ਦੀ ਚਾਹਤ ਸੀ ਕਿ ਸਿੱਖ ਸ਼ਮੂਲੀਅਤ ਕਰਨ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜੇ ਮੈਂ ਉਹਨਾਂ ਦੇ ਨਾਲ ਕੋਈ ਆ ਕੇ ਖਲੋਤੇ ਸੋ ਅਸੀਂ ਜ਼ਿਆਦਾ ਗਿਣਤੀ ਚ ਤਾਂ ਨਹੀਂ ਜਾ ਸਕੇ ਪਰ ਸਾਡੇ ਜਿਹੜੇ ਬਹੁਤ ਅਵੇਲੇਬਲ ਔਰ ক্লোਜ਼ ਨਿਊਯਾਰਕ ਸਜਨ ਸਨ ਜੀ 8-10 ਦੇ ਕਰੀਬ ਜਿਹੜੇ ਕੁਝ ਆਏ ਕੁਝ ਥੋੜਾ ਅਰਲੀ ਚਲੇ ਗਏ ਸੋ ਸਾਡੀ ਸ਼ਮੂਲੀਅਤ ਨੇ ਉਹਨਾਂ ਨੂੰ ਜਿਹੜਾ ਹੌਸਲਾ ਵੀ ਦਿੱਤਾ ਹੈ ਉਤਸ਼ਾਹ ਵੀ ਦਿੱਤਾ ਹੈ ਉਹਨਾਂ ਨੇ ਸਟੇਜ ਤੋਂ ਵੀ ਸੇ ਕਮਿਟੀ ਦੀ ਜਿਹੜੀ ਹੈ ਰੈਕਗਨੀਸ਼ਨ ਕੀਤੀ ਔਰ ਖਾਸ ਤੌਰ ਤੇ ਰੰਗਾਰੰਗ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਖਾਸ ਆਰਟਿਸਟ ਉਹ ਇੱਕ ਜਿਹੜੇ ਮਿਸਟਰ ਮਨੋਜ ਗੁਜਰੇਲ ਸਪੈਸ਼ਲੀ ਕਾਠਮੰਡੂ ਤੋਂ ਫਲਾਈ ਕਰਕੇ ਆਏ ਹੋਏ ਸੀ ਔਰ ਉਹਨਾਂ ਨੇ ਬੜੀ ਜ਼ਬਰਦਸਤ ਨਰਿੰਦਰ ਮੋਦੀ ਦੀ ਆਲਮੋਸਟ ਕਲੋਸ ਟੂ ਐਨ ਆਵਰ ਮਿਮਿਕਰੀ ਜਿਹਨੂੰ ਕਹਿੰਦੇ ਨੇ ਕੀਤੀ ਕਿ ਵੀ ਉਹਨੇ ਪੂਰਾ ਮੋਦੀਵਾੜਾ ਡਰੈਸ ਪਹਿਨਾਇਆ ਪਾਇਆ ਸੀ ਜੀ ਔਰ ਉਹ ਹਾਲ ਦੇ ਇੱਕ ਸਿਰੇ ਤੋਂ ਐਂਟਰ ਹੋਇਆ ਔਰ ਚਲਦੇ 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 ਕਿਉਂਕਿ ਮੈਂ ਸਾਈਡ ਵਾਲੀ ਕੁਰਸੀ ਤੇ ਸੀ ਤੇ ਫਿਰ ਉੱਥੇ ਕਾ ਕੇ ਉਹਨੇ ਕਿਉਂਕਿ ਪ੍ਰੋਟੈਸਟ ਤੇ ਵੀ ਉਹ ਆਏ ਸੀ ਮਨੋਜ ਉਹਨੇ ਗੜਨੜ ਵੀ ਲਾਇਆ ਔਰ ਦਸ਼ਕਾ ਨੇ ਤਾੜੀਆਂ ਵੀ ਮਾਰੀਆਂ ਔਰ ਇਹ ਉਹਦਾ ਮੋਦੀ ਦਾ ਸਟਾਈਲ ਵੀ ਹੈ ਜਿਵੇਂ ਉਹਨੇ ਮਿਮਿਕਰੀ ਦੇ ਵਿੱਚ ਕਿਹਾ ਕਿ ਵੀ ਜਿਹਨੂੰ ਭਾਈ ਕਹੇਗਾ ਉਹਨਾਂ ਦੀ ਪਿੱਠ 'ਚ ਛੁਰਾ ਮਾਰਦਾ ਹੈ ਉਹਨੇ ਉਹਦੇ 'ਚ ਦੱਸਿਆ ਵੀ ਕਿਵੇਂ ਨੇਪਾਲ ਜਦੋਂ ਇਹ ਆਇਆ ਪਸ਼ੂਪਤੀ ਮੰਦਰ 'ਚ ਪੂਜਾ ਦੇ ਲਈ ਵੀ ਕਿ ਜੀ ਮੈਨੂੰ ਰੋਟੀ ਬੇਟੀ ਦਾ ਰਿਸ਼ਤਾ ਹੈ ਸਾਡੇ ਨਾਲ ਪਰ ਕੀ ਕੀਤਾ ਹੈ ਸਾਡੇ ਨਾਲ ਕੀ ਹੋ ਰਿਹਾ ਸੋ ਇੱਕ ਮਿਮਿਕਰੀ ਔਰ ਉਹਦੇ 'ਚ ਵੀ ਹਿਊਮਰ ਔਰ ਜਿਹੜੀ ਹੈ ਮਜ਼ਾਕੀਆ ਅੰਦਾਜ਼ ਇਸ ਨੇ ਕਾਫੀ ਰੰਗ ਬਨੇ ਹੋਰ ਵੀ ਉਹਨਾਂ ਦੀ ਇੱਕ ਬੜੀ ਟੈਲੈਂਟਡ ਬੱਚੀ ਜਿਹਦੀ ਇਕ ਲੱਤ ਹੈ ਉਹਨੇ ਉਸ ਦੇ ਉੱਤੇ ਜਿਹੜਾ ਡਾਂਸ ਪਰਫਾਰਮ ਵੀ ਕੀਤਾ ਭਾਵੇਂ ਹੁਣ ਉੱਥੇ ਵੀ ਚੱਲਣ ਹੈ ਲੇਕਿਨ ਕਈ ਵਾਰ ਜਦੋਂ ਤੁਸੀਂ ਜ਼ਿੰਦਗੀ 'ਚ ਦੇਖਦੇ ਹੋ ਮੈਂ ਤਾਂ ਬੇਸ਼ੱਕ ਮੇਰੀ ਉਹਦੇ 'ਚ ਕੋਈ ਦਿਲਚਸਪੀ ਨਹੀਂ ਹੁੰਦੀ ਇਸ ਕਿਸਮ ਦੀ ਇਵੈਂਟਸ ਦੇ ਵਿੱਚ ਜੀ ਲੇਕਿਨ ਕਿਉਂਕਿ ਤੁਸੀਂ ਦੂਸਰੇ ਕਲਚਰ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਤੁਸੀਂ ਜਾ ਜਿਹੜਾ ਉਹ ਇੱਕ ਹਮਸਾਏ ਹੋਣ ਦਾ ਪ੍ਰਗਟਾਵਾ ਕਰ ਰਹੇ ਹਾਂ ਕਿ ਭਾਈ ਅਸੀਂ ਵੀ ਤੁਹਾਡੀ ਪੀੜ ਨੂੰ ਸਮਝਦੇ ਹਾਂ ਫਿਰ ਤੁਸੀਂ ਕਈ ਵਾਰੀ ਉਸ ਫਲੋ ਚ ਵੀ ਉਹਦਾ ਹਿੱਸਾ ਵੀ ਬਣਦੇ ਹੋ ਟੀਵੀ 84 ਦੀ ਸਾਡੀ ਟੀਮ ਦੇ ਪ੍ਰਮੁਖ ਜਿਹੜੇ ਨੇ ਬੇਸ਼ੱਕ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਲੇਕਿਨ ਇਵੈਂਟ ਦੀ ਇੰਪੋਰਟੈਂਸ ਨੂੰ ਸਮਝਦੇ ਹਾਂ ਉਹਨਾਂ ਨੇ ਇਸ ਨੂੰ ਕਵਰ ਵੀ ਕੀਤਾ ਔਰ ਆਉਣ ਵਾਲੇ ਦਿਨਾਂ ਚ ਅਸੀਂ ਮੋਸਟ ਲਾਈਕਲੀ ਸ਼ਾਇਦ ਕੱਲ ਕੋਸ਼ਿਸ਼ ਕਰਾਂਗੇ ਉਹ ਖਾਸ ਤੌਰ ਤੇ ਜਿਹੜਾ ਉਹ ਮਿਮਿਕਰੀ ਵਾਲਾ ਸੈਗਮੈਂਟ ਵੀ ਹੈ ਉਹਨੂੰ ਜੋੜ ਕੇ ਦਿਖਾਣ ਦੀ ਸੋ ਉਹਨਾਂ ਨੇ ਐਪਰੀਸ਼ੀਏਟ ਕੀਤਾ ਔਰ ਇੱਕ ਆਪਣੇ ਆਪ ਦੇ ਵਿੱਚ ਮੈਂ ਜਿਵੇਂ ਉਤਸ਼ਾਹ ਦੀ ਗੱਲ ਕਰ ਰਿਹਾ ਸੀ ਕਿ ਬਹੁਤ ਵਾਰ ਅਸੀਂ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੈ ਉਸ ਦਾ ਸ਼ਿਕਵਾ ਕਰਦੇ ਜੀ ਔਰ ਅਕਸਰ ਮੈਨੂੰ ਇਹ ਹਮੇਸ਼ਾ ਯਾਦ ਰਹਿੰਦੀ ਹੈ ਸ਼ਾਇਦ ਇੱਕ ਫ੍ਰੈਂਚ ਜਾਂ ਅਜ਼ਰਬਾਈਜਾਨ ਦੇ ਕਿਸੇ ਦਾ ਦੀ ਲਿਖਤ ਹੈ ਜਿਸ ਦਾ ਪੰਜਾਬੀ ਅਨਵਾਦ ਹੀ ਬਣਦਾ ਹੈ ਕਿ ਆਪਣੇ ਪੈਰਾਂ 'ਚ ਜੁੱਤੀ ਨਾ ਹੋਣ ਦਾ ਗਮ ਮੈਨੂੰ ਖਾ ਰਿਹਾ ਸੀ ਪਰ ਜਦੋਂ ਮੈਂ ਇੱਕ ਐਸੇ ਆਦਮੀ ਨੂੰ ਵੇਖਿਆ ਜਿਸ ਦੇ ਪੈਰ ਹੀ ਨਹੀਂ ਸਨ ਤਾਂ ਮੇਰਾ ਸਾਰਾ ਗਮ ਜਾਂਦਾ ਰਿਹਾ ਅਤੇ ਮੈਂ ਕਿਸੇ ਅਜਬ ਸ਼ੁਕਰਾਨੇ ਵਿੱਚ ਜੁੜ ਗਿਆ ਜੀ ਹੁਣ ਇੱਕ ਪਾਸੇ ਹੈ ਵੀ ਜੇ ਸਾਡੇ ਪੈਰਾਂ 'ਚ ਜੁੱਤੀ ਨਹੀਂ ਹੈ ਤੇ ਅਸੀਂ ਉਹਨਾਂ ਵੱਲ ਦੇਖੀਏ ਜਿਨ੍ਹਾਂ ਦੇ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਫਿਰ ਅਸੀਂ ਮੱਥੇ ਤੇ ਹੱਥ ਮਾਰੀਏ ਰਿਗਰੈਟ ਕਰੀਏ ਰਿਪੈਂਡ ਕਰੀਏ ਕਿ ਰੱਬਾ ਤੂੰ ਸਾਨੂੰ ਕੀ ਦਿੱਤਾ ਤੂੰ ਜੁੱਤੀ ਵੀ ਨਹੀਂ ਦਿੱਤੀ ਮੈਨੂੰ ਦੇਖੋ ਕਿੰਨੇ ਆ ਜੁੱਤੀਆਂ ਵਾਲੇ ਔਰ ਕਿਸ ਕਿਸਮ ਦੀਆਂ ਜੁੱਤੀਆਂ ਵन्स-ਵਨੀਆਂ ਪਾਈਆਂ ਹੋਈਆਂ ਨੇ ਇਹ ਕੋ ਹੈ ਕਿ ਤੁਸੀਂ ਉਹਨਾਂ ਵੱਲ ਦੇਖੋ ਜਿਨ੍ਹਾਂ ਦੇ ਪੈਰ ਹੀ ਨਹੀਂ ਨੇ ਤੇ ਫਿਰ ਤੁਸੀਂ ਸ਼ੁਕਰਾਨੇ ਚ ਜੁੜੋਗੇ ਕਿ हे ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਜਿਹੜਾ ਇੱਕ ਮੁਕੰਮਲ ਸਰੀਰ ਦਿੱਤਾ ਹੈ ਔਰ ਮੈਂ ਸਮਝਦਾ ਵੀ ਇਸ ਕਿਸਮ ਦੇ ਵੇਲੇ ਕਿਉਂਕਿ ਜਿਸ ਬੱਚੀ ਨੇ ਪਰਫਾਰਮ ਕੀਤਾ ਡਾਂਸ ਇੱਕ ਲੱਤ ਸੀ ਉਹਦੀ ਔਰ ਇੱਕ ਲੱਤ ਦੇ ਭਾਰ ਉਹਨੇ ਇੱਕ ਜਿਹੜਾ ਉਹਨਾਂ ਦਾ ਨੈਸ਼ਨਲਿਸਟਿਕ Song ਹੈ ਔਰ ਉਹਨਾਂ ਦਾ ਬੜਾ ਅੱਛਾ ਮੈਂ ਲੇਟਲੀ ਬੇਸ਼ੱਕ ਇੰਟਰਸਟ ਹੋਇਆ ਮੇਰਾ ਇੱਕਦਮ ਨੇਪਾਲ ਦੇ ਵਿੱਚ ਕਾਫੀ ਇੰਟਰਸਟ ਹੈ ਔਰ ਮੈਂ ਪਿਛਲੇ ਕੁਝ ਦਿਨਾਂ ਚ ਜਿੱਥੇ ਇਕਾਂਤ ਮਾਣਿਆ ਉੱਥੇ ਮੈਂ ਕਾਫੀ ਹੋਰ ਵੀ ਰਿਸਰਚ ਇਸ ਮੁੱਦੇ ਦੇ ਉੱਤੇ ਕੀਤੀ ਔਰ ਉਹਨਾਂ ਦਾ ਖੂਬਸੂਰਤ ਸੰਵਿਧਾਨ ਜਿਹੜਾ ਉਹਨਾਂ ਨੇ ਨਵਾਂ ਕਨਸਟੀਟਿਊਸ਼ਨ ਬਣਾਇਆ ਉਦੇ ਚ ਉਹਨਾਂ ਦਾ ਜਿਹੜਾ ਮੋਟੋ ਹੀ ਹੈ ਉਹਦੀ ਮੋਟੋ ਦੀ ਲਾਈਨ ਜਿਹੜੀ ਅੰਗਰੇਜ਼ੀ ਚ ਹਨਾ ਨੈਪੋਲਿਸ ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਜਨਨੀ ਜਨਮ ਭੂਮੀ ਇਹ ਦੋ ਸ਼ਬਦ ਇਸਤੇਮਾਲ ਕੀਤੇ ਨੇ ਬਟ ਉਹਦੇ ਚ ਇਹ ਸਵਰਗੋ ਜਿਵੇਂ ਨੈਪੋਲਿਸ ਕਹਿੰਦੇ ਨੇ ਲੇਕਿਨ ਅੰਗਰੇਜ਼ੀ ਦੀ ਇਹ ਹੈ ਕਿ this mother and motherland are greater than heavens ਜੀ ਉਹਨਾਂ ਦਾ ਮੋਟੋ ਹੈ ਕਿ ਮਾਂ ਤੇ ਤੁਹਾਡੀ ਮਾਤਰੀ ਭੂਮੀ ਯਾਉਨੋ ਸਿਪੀਤਰੀਬੋ ਮੈਂ ਵੀ ਕਹਿ ਸਕਦਾ ਹਾਂ ਮਦਰ ਫਾਦਰ ਕਿ ਮਦਰ ਐਂਡ ਮਦਰ ਲੈਂਡ ਆਰ ਗ੍ਰੇਟਰ ਦੈਨ ਹੈਵਨਸ ਇਹ ਉਹਨਾਂ ਦਾ ਮੋਟੋ ਹੈ ਹੁਣ ਇਸ ਦੇ ਉੱਤੇ ਔਰ ਮੈਂ ਸਮਝਦਾ ਵੀ ਇਹ ਜਿਹੜੀ ਵਿਰਲ ਹੁੰਦੀ ਹੈ ਜਦੋਂ ਤੁਹਾਡੀ ਕਿਸੇ ਦੀ ਅੱਖ ਨਹੀਂ ਹੈ ਬਾਹ ਨਹੀਂ ਹੈ ਇੱਕ ਲੱਤ ਹੈ ਇੱਕ ਲੱਤ ਦੇ ਪਾਰ ਜ਼ਿੰਦਗੀ ਕਿਸ ਕਿਸਮ ਦੀ गुਜ਼ਰਦੀ ਹੋਏਗੀ ਪਰ ਜੀਵਨ ਦੇ ਵਿੱਚ ਜੀਵਨ ਉਤਸ਼ਾਹ ਨੂੰ ਪੱਕਾ ਰੱਖਣਾ ਜੀ ਔਰ ਉਸ ਚਾਹ ਨੂੰ ਮੇਨਟੇਨ ਰੱਖਣਾ ਔਰ ਜੀਵਨ ਨੂੰ ਜਿਉਣਾ ਮੈਂ ਸਮਝਦਾ ਵੀ ਇਹ ਜਿਹੜਾ ਬਹੁਤ ਵੱਡਾ ਔਰ ਬਹੁਤ ਸਾਰੇ ਜਿਹੜੇ ਦਰਸ਼ਕ ਵੀ ਸਨ ਬੇਸ਼ੱਕ ਬਹੁਤ ਸਾਰੇ ਕਿਉਂਕਿ ਨੇਪਾਲੀ ਸਨ ਉਹਨਾਂ ਨੇ ਸ਼ਾਇਦ ਅੱਗੇ ਵੀ ਇਸ ਕਿਸਮ ਦੀ ਪਰਫਾਰਮੈਂਸ ਦੇਖੀ ਹੋਏਗੀ ਲੇਕਿਨ ਮੈਂ ਇਹ ਐਡਮਿਟ ਕਰਨਾ ਚਾਹੁੰਦਾ ਵੀ ਮੇਰੀਆਂ ਅੱਖਾਂ ਚ ਥਰੂ ਸਨ ਕਿਉਂਕਿ ਮੈਂ ਉਸ ਜੈਸਟ ਨੂੰ ਜਿਵੇਂ ਉਸ ਬੱਚੀ ਦੇ ਵਿੱਚ ਉਤਸ਼ਾਹ ਸੀ ਮੈਂ ਕਿਹਾ ਵੀ ਇਹ ਸ਼ੁਕਰਗੁਜ਼ਾਰੀ ਹੈ ਔਰ ਆਪਣੇ ਨਾਲ ਸ਼ੁਕਰੇ ਹੋਣ ਦੀ ਗੱਲ ਬਾਰ-ਬਾਰ ਆ ਰਹੀ ਸੀ ਕਿ ਅਸੀਂ ਕਿੰਨੇ ਨਾਲ ਸ਼ੁਕਰੇ ਜੀ ਬਿਲਕੁਲ ਰੱਬ ਦੀਆਂ ਜਿਹੜੀਆਂ ਦਾਤਾਂ ਨੇ ਰੱਬ ਦੀਆਂ ਗਿਫਟਸ ਨੇ ਇੱਕ ਨਰੋਆ ਸਰੀਰ ਸਿਰ ਦੇ ਉੱਤੇ ਛੱਤ ਇਸ ਕਿਸਮ ਦਾ ਜਿਹੜਾ ਜੀਵਨ ਟੰਗ ਜਿਹੜਾ ਅਸੀਂ ਫਿਰ ਵੀ ਜੇ ਸ਼ਿਕਾਇਤ ਕਰੀਏ ਮੈਂ ਸਮਝਦਾ ਹਾਂ ਵੀ ਇਸ ਤੋਂ ਮੈਸੇਜ ਇਹ ਹੀ ਹੈ ਕਿ ਉਹਨਾਂ ਵੱਲ ਦੇਖੀਏ ਜਿਹੜੇ ਸਾਡੇ ਤੋਂ ਥੱਲੇ ਨੇ हैव ਨਾਟ ਨੇ ਤਾਂ ਫਿਰ ਸ਼ੁਕਰਾਨਾ ਹੀ ਸ਼ੁਕਰਾਨਾ ਹੈ ਤੇ ਜੇ ਉਹਨਾਂ ਵੱਲ ਦੇਖੋ ਜਿਹੜੇ ਸਾਨੂੰ ਲੱਗਦਾ ਵੀ ਪਤਾ ਨਹੀਂ ਕਿੱਡੇ ਸੁਖੀ ਨੇ ਦੇਖੋ ਜੀ ਕੀ ਮਿਲਿਆ ਜਿਵੇਂ ਹੁਣ ਬਹੁਤ ਸਾਰੇ ਆਪਣੇ ਵੀ ਸ਼ਿਕਾਇਤ ਕਰਨ ਵਾਲੇ ਹੁੰਦੇ ਨੇ ਤੇ ਫਿਰ ਤੁਸੀਂ ਜੇ ਉਹਨਾਂ ਵੱਲ ਦੇਖੋਗੇ ਤਾਂ ਫਿਰ ਉਹ ਗੁਰੂ ਸਾਹਿਬ ਦੀ ਗੱਲ ਯਾਦ ਆਏਗੀ ਕਿ ਵੱਡੇ ਵੱਡੇ ਜੋ ਦਿਸੇ ਲੋਕ ਤਨ ਕੋ ਵਿਆਪੇ ਚਿੰਤਾ ਰੋਗ ਜਾਂ ਤਾਕੂ ਵਿਆਪੇ ਚਿੰਤਾ ਰੋਗ ਮੈਨੂੰ ਐਗਜ਼ੈਕਟ ਨਹੀਂ ਹੈ ਕਿ ਭਈ ਇਹ ਜਨੇ ਵੱਡੇ ਵੱਡੇ ਨਜ਼ਰ ਆਂਦੇ ਨੇ ਇਹ ਚਿੰਤਾ ਦੇ ਮਾਰੇ ਹੋਏ ਨੇ ਸੋ ਕੁੱਲ ਮਿਲਾ ਕੇ ਸਾਡੀ ਜਿਹੜੀ ਹੈ ਮੂਜੀਕ ਐਂਡ ਥੈਂਕਸ giving ਥੈਂਕ ਯੂ ਥੈਂਕ ਯੂ ਕਰਨਾ ਸੀ ਹੁਣ ਥੈਂਕ ਯੂ ਕਿਵੇਂ ਕਰਨਾ ਮਤਲਬ ਤਾਂ ਇਹ ਹੈ ਇਸ ਲਈ ਮੈਂ ਉਸ ਭਾਵੇਂ ਸਾਰਾ ਫੰਕਸ਼ਨ ਦੇ ਵਿੱਚ ਹੋਰ ਵੀ ਬਹੁਤ ਕੁਝ ਪੋਜ਼ਿਟਿਵ ਸੀ ਪਰ ਮੈਂ ਥੈਂਕ ਯੂ ਥੈਂਕ ਯੂ ਹੀ ਪਿਕ ਕੀਤਾ ਕਿ ਭਾਈ ਉਸ ਕਿਸਮ ਨੂੰ ਦੇਖ ਕੇ ਫਿਰ ਅਸੀਂ ਥੈਂਕ ਯੂ ਥੈਂਕ ਯੂ ਕਰੀਏ ਸਿਰਫ ਇੱਕ ਦਿਨ ਕੇਨੇ ਟਰਕੀ ਖਾ ਲਈ ਕਿਸੇ ਨੇ ਗੋਭੀ ਦੀ ਟਰਕੀ ਖਾ ਲਈ ਇਹਦੀ ਔਰ ਬਹੁਤ ਸਾਰੇ ਨੇ ਤਾਂ ਐਨ ਬਲੈਕ ਫਰਾਈਡੇ ਕੀ ਕੀਤਾ ਸਾਰਾ ਸ਼ੁਕਰ ਕੀ ਹੁਣ ਤਾਂ ਉਹ ਨਾਲ ਸੈਚਰਡੇ ਵੀ ਜੋੜ ਦਿੱਤਾ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਟੂ ਐਨਕਰੇਜ ਦਾ ਸਮਾਲ ਬਿਜ਼ਨੈਸ ਗੋ ਸ਼ੋਪਿੰਗ ਸੈਚਰਡੇ ਜੀ ਪ੍ਰੈਜ਼ੀਡੈਂਟ ਆਬਾਮਾ ਵੀ ਗਿਆ ਆਪਣੇ ਨੇੜੇ ਵਾਈਟ ਹਾਊਸ ਦੇ ਸਟੋਰ ਤੇ ਨਾਲੇ ਕੁੜੀਆਂ ਦੇ ਆ ਚਾਈਸਕ੍ਰੀਮ ਖੜੀ ਹੋਈ ਹੈ ਆਈਸਕ੍ਰੀਮ ਖਾ ਰਹੀਆਂ ਚਾਰ ਪੰਜ ਕਿਤਾਬਾਂ ਖਰੀਦੀਆਂ ਉਹਨਾਂ ਨੇ ਜੀ ਔਰ ਬਲੈਕ ਫਰਾਈਡੇ ਮੇਰਾ ਇਨਾ ਜ਼ਰੂਰ ਇੰਟਰਸਟ ਸੀ ਮੈਂ ਆ ਗਿਆ ਵੀ ਇਹ ਦੇਖੇ ਸੇ ਵੀ ਉਹਨੂੰ ਕਾਲਾ ਕਿਉਂ ਕਹਿੰਦੇ ਨੇ ਬਲੈਕ ਫਰਾਈਡੇ ਸ਼ੁਰੂ ਕਿੱਥੋਂ ਆਇਆ ਤੇ ਇਹ ਕੋਈ ਦਾ ਬੜਾ ਪੁਰਾਣਾ ਇਤਿਹਾਸ ਨਹੀਂ ਹੈ 1960ਵਿਆਂ ਦੇ ਵਿੱਚ ਉਹ ਵੀ ਫਿਲਡੈਲਫੀਆ ਜ ਕਿਉਂਕਿ ਇਨਾਕ ਟ੍ਰੈਫਿਕ ਹੋ ਜਾਂਦਾ ਏ ਸੜਕਾਂ ਤੇ ਸੜਕਾਂ ਜਾਮ ਐਕਸੀਡੈਂਟ ਜ਼ਿਆਦਾ ਔਰ ਬਹੁਤ ਵਾਰੀ வால்ਮਾਰਟ ਔਰ ਦੂਜਿਆਂ ਦੇ ਵਿੱਚ ਜਿਹੜੀ ਐ ਵਾਇਲੈਂਸ ਹੁੰਦੀ ਸੀ ਕਿਉਂਕਿ ਹੁਣ ਵੀ ਲੰਡਨ ਦੇ ਆਲਾ ਲੰਡਨ ਵਾਲਿਆਂ ਨੇ ਅਦਰਵਾਇਜ਼ ਥੈਂਕਸ ਈਵਨ ਉਹ ਨਹੀਂ ਮਨਾਉਂਦੇ ਲੇਕਿਨ ਇਹ 블랙 프라이데이 ਵਿੱਚ ਮੰਨ ਲਿਆ ਉਹਨਾਂ ਨੇ ਤਾਂ ਇੱਕ ਨੇ ਇਧਰੋਂ ਫੜਿਆ ਟੀਵੀ ਇੱਕ ਨੇ ਉਹ ਫੜਿਆ ਦੂਜੇ ਨੂੰ ਖਿੱਚ ਰਹੇ ਨੇ ਔਰ ਇਹ ਅਕਸਰ ਵਾਇਲੈਂਸ ਹੁੰਦੀ ਸੀ ਔਰ ਕਿਉਂਕਿ ਪੁਲਿਸ ਦਾ ਕੰਮ ਵੱਧ ਜਾਂਦਾ ਸੀ ਨਾ ਸਭ ਤੋਂ ਪਹਿਲਾਂ ਫਿਲਾਡਲਫੀਆ ਪੁਲਿਸ ਨਹੀਂ ਦੱਸਦਾ ਕਿ 블랙 ਫਰਾਈਡੇ ਕਿਉਂਕਿ ਉਹਨਾਂ ਦੇ ਉਹਨਾਂ ਦੇ ਪਹਾੜੇ ਹੁਣ ਕ੍ਰਾਈਮ ਵੀ ਹੋਏਗਾ ਸੜਕਾਂ ਦੇ ਉੱਤੇ ਵੀ ਟ੍ਰੈਫਿਕ ਜਾਮ ਵੀ ਹੈ ਐਕਸੀਡੈਂਟ ਵੀ ਹੋ ਰਹੇ ਨੇ ਔਰ ਇਸ ਸਾਰੇ ਚੋਂ ਜਿਹੜਾ ਹੁਣ ਇਹ ਕੋਈ ਚੰਗਾ ਨਾਂ ਨਹੀਂ ਹੈ ਪਰ ਫਿਰ ਥੱਲੇ ਜਾ ਕੇ ਕਿਤੇ ਸੀ ਕਿ ਜੀ ਹੁਣ ਜਿਹੜੇ 블랙 ਫਰਾਈਡੇ ਮਨਾਉਣ ਵਾਲੇ ਨੇ ਉਹ ਕਹਿੰਦੇ ਨੇ ਜੀ ਦੇਖੋ ਜਦੋਂ ਬਿਜ਼ਨਸ ਦਾ ਹਿਸਾਬ ਕਿਤਾਬ ਹੁੰਦਾ ਹੈ ਤੇ ਜੇ ਬਿਜ਼ਨਸ ਘਾਟੇ 'ਚ ਜਾ ਰਹੀ ਹੋਏ ਤਾਂ ਉਹ ਰੈੱਡ ਨਾਲ ਲਿਖਿਆ ਹੁੰਦਾ ਹੈ ਜੀ ਤੇ ਜੇ ਜਿਹੜੀ ਹੈ ਉਹ ਫਾਇਦੇ 'ਚ ਆ ਜਾਂ ਉਹ ਬਲੈਕ ਛੋਏਗਾ ਇਹ ਚ ਉਹਨਾਂ ਨੇ ਕੱਢ ਲਿਆ ਜੀ ਸਾਡੇ ਲਈ ਤਾਂ ਬਲੈਕ ਫਰਾਈਡੇ ਦਾ ਮਤਲਬ ਜਿਹੜਾ ਉਹ ਪੋਜ਼ਿਟਿਵ ਹੈ ਪੋਜ਼ਿਟਿਵ ਹੈ ਸੋ ਮੈਂ ਸਮਝਦਾ ਵੀ ਪਤਾ ਨਹੀਂ ਪੋਜ਼ਿਟਿਵ ਹੈ ਕਿ ਨਹੀਂ ਲੇਕਿਨ ਜੇਬਾਂ ਬਹੁਤ ਹੁੰਦੀਆਂ ਖਾਲਾ ਹੋ ਜਾਂਦੀਆਂ ਨੇ ਜੀ ਔਰ ਖਾਸ ਤੌਰ ਤੇ ਇਹ ਡੇ ਬੀਬੀਆਂ ਨੂੰ ਜ਼ਿਆਦਾ ਸੈਲੀਬ੍ਰੇਸ਼ਨ ਵੜਾ ਹੁੰਦਾ ਹੈ ਉਹਨਾਂ ਨੇ ਵੀ ਸਾਰੇ ਸਾਲ ਦਾ ਖਰੀਦਦਾਰ ਰੱਖ ਲੈਣਾ ਜੇ ਸ਼ੁਰੂ ਹੋਇਆ ਜੇ ਮੁੱਕਿਆ ਨਹੀਂ ਹੈ ਇਹ ਇਹ ਬਿਗਨਿੰਗ ਆਫ ਦਾ ਸ਼ਾਪਿੰਗ ਪੀਰੀਅਡ ਹੈ ਤੇ ਇਹ ਹੁਣ ਤੁਰਨੇ ਨਿਊ ਇਅਰ ਤੱਕ ਜੀ ਜੀ ਤੇ ਫਿਰ ਨਿਊ ਇਅਰ ਤੋਂ ਬਾਅਦ ਵਿਚਾਰੇ ਖਾਲੀਓਂ ਕੇ ਬੈ ਜਾਣੇ ਅਮਰੀਕਨਾਂ ਦਾ ਤਾਂ ਬਹੁਤਿਆਂ ਦਾ ਹੁੰਦਾ ਮੈਨ ਆਮ ਬਰੋਕ ਤੇ ਆਪਣੇ ਜਿਹੜੇ ਨੇ ਹੁਣ ਪਤਾ ਨਹੀਂ ਕਿਵੇਂ ਇਕੱਠਾ ਕਰੀ ਜਾਂਦੇ ਨੇ ਸਟੋਰਾਂ ਦਾ ਵਿੱਚ ਵੈਸੇ ਬਾਈ ਤੁਸੀਂ ਵੀ ਕਈ ਕੁਝ ਖਰੀਦਿਆ ਹੋਣਾ ਜੀ ਡੈਫੀਨੇਟਲੀ ਕਿਉਂ ਨਹੀਂ ਹਾਂ ਜੀ ਸਾਡੀ ਕਾਰਗੁਜ਼ਾਰੀ ਹੈ ਜੀ ਸਾਡੀ ਵੇਲੇ ਰਹਿਣ ਦੀ ਵੇਲੇ ਰਹਿਣ ਦੀ ਉਹ ਕਿਰਾਏ ਦਾ